ਵੈਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਤੰਦਰੁਸਤ ਪੰਜਾਬ ਅਤੇ ਸਵੱਛ ਭਾਰਤ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਇਨ੍ਹਾਂ ਸਾਰੇ ਦਾਅਵਿਆਂ ਦੀ ਪੋਲ ਖੋਲ ਰਹੀ ਹੈ ਮੋਗਾ ਦੇ ਜੀ ਟੀ ਰੋਡ ਦੇ ਉੱਤੇ, ਲੁਧਿਆਣਾ ਫਿਰੋਜ਼ਪੁਰ ਮਾਰਗ ਦੇ ਉੱਤੇ, ਬਿਲਕੁਲ ਮੋਗਾ ਸੈਕਟਰੀਏਟ ਤੋਂ ਕੁਝ ਹੀ ਦੂਰੀ ਦੇ ਉੱਤੇ ਬਣੀ ਖੁੱਲੇ ਦੇ ਵਿੱਚ ਮੱਛੀ ਮਾਰਕੀਟ, ਜਿੱਥੇ ਕਿ ਕਾਨੂੰਨ ਦੀ ਕੋਈ ਪਰਵਾਹ ਕੀਤੇ ਬਿਨਾਂ ਮੱਛੀ ਅਤੇ ਮੁਰਗਾ ਸ਼ਰੇਆਮ ਕੱਟ ਕੇ ਵੇਚਿਆ ਜਾ ਰਿਹਾ ਹੈ। ਉੱਥੇ ਕੁਝ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਇੱਥੇ ਬੈਨ ਮਛਲੀ ਵੀ ਵੇਚੀ ਜਾਂਦੀ ਹੈ। ਹੋਰ ਤਾਂ ਹੋਰ, ਇਨ੍ਹਾਂ ਮੱਛੀਆਂ ਨੂੰ ਅਤੇ ਮੁਰਗਿਆਂ ਨੂੰ ਵੇਚਣ ਵਾਲੇ ਕਿਸੇ ਵੀ ਇੱਕ ਦੁਕਾਨਦਾਰ ਦੇ ਕੋਲ ਫੂਡ ਸੇਫਟੀ ਦਾ ਕੋਈ ਵੀ ਲਾਇਸੈਂਸ ਨਹੀਂ ਹੈ। ਉੱਥੇ ਜਦੋਂ ਅੱਜ ਸਾਡੀ ਟੀਮ ਨੇ ਮੌਕੇ ਦੇ ਉੱਤੇ ਜਾ ਕੇ ਦੁਕਾਨਦਾਰਾਂ ਤੋਂ ਗੱਲਬਾਤ ਕਰਕੇ ਪਤਾ ਕਰਨਾ ਚਾਹਿਆ ਤਾਂ ਫੂਡ ਵਿਭਾਗ ਨੂੰ ਇਸ ਦੀ ਭਣਕ ਲੱਗ ਗਈ ਅਤੇ ਉਹ ਤੁਰੰਤ ਮਾਰਕੀਟ ਦੇ ਵਿੱਚ ਪਹੁੰਚ ਗਏ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਜ਼ਿਲ੍ਹਾ ਫੂਡ ਸੇਫਟੀ ਅਫਸਰ ਹਰਪ੍ਰੀਤ ਕੌਰ ਅਤੇ ਫੂਡ ਇੰਸਪੈਕਟਰ ਅਭਿਨਵ ਖੋਸਲਾ ਆਪਣੇ ਮੂੰਹ ਦੇ ਉੱਤੇ ਰੁਮਾਲ ਰੱਖ ਕੇ ਮਾਰਕੀਟ ਦੇ ਵਿੱਚ ਆਏ ਅਤੇ ਦੁਕਾਨਦਾਰਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਉੱਥੋਂ ਚੱਲਦੇ ਬਣੇ। ਉੱਥੇ ਦੁਕਾਨਦਾਰਾਂ ਨੇ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਇੱਥੇ ਮੱਛੀ ਅਤੇ ਮੁਰਗੇ ਦਾ ਕਾਰੋਬਾਰ ਚੱਲ ਰਿਹਾ। ਕੁਝ ਅਧਿਕਾਰੀ ਉਹਨਾਂ ਦੇ ਕੋਲ ਵੀ ਆਉਂਦੇ ਨੇ ਪਰ ਵਾਪਿਸ ਚਲੇ ਜਾਂਦੇ ਨੇ। ਉੱਥੇ ਜਦੋਂ ਅਸੀਂ ਫੂਡ ਕਮਿਸ਼ਨਰ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਮਾਰਕੀਟ ਦਾ ਬੈਠੇ ਆ, ਸਾਰਿਆਂ ਕੋਲ ਕੋਈ ਪਰਮਿਸ਼ਨ ਹੈਗੀ ਕਿਸੇ ਕੋਲ? ਪਰਮਿਸ਼ਨ ਉਹਨੇ 19 ਸਾਲ ਤੋਂ ਮਹਾਰਾਜ ਕੰਮ ਕਰਦੇ ਪਏ। ਕਿੰਨੇ ਸਾਲ ਤੋਂ ਵੇਚ ਰਹੇ ਤੁਸੀਂ ਮੱਛੀ ਉੱਤੇ? ਆਪਾਂ ਨੂੰ ਹੋਵੇ 20-25 ਸਾਲ ਹੋ ਗਏ। 20-25 ਸਾਲ ਤੋਂ ਉੱਥੇ ਵੇਚ ਰਹੇ ਹੋ? ਤੁਹਾਡੇ ਕੋਲ ਕਦੇ ਕੋਈ ਅਧਿਕਾਰੀ ਨਹੀਂ ਆਇਆ ਹੈਗਾ? ਆਉਂਦੇ ਆ ਬਸ ਆ ਕੇ, ਤੇ ਨਾਲੇ ਆਪਣਾ ਹੈਗਾ ਜਿਹੜੀ ਮੰਗੂਰ ਮੱਛੀ ਜਿਹੜੀ ਬੈਨ ਹੈਗੀ ਉਹਦੇ ਬਾਰੇ ਤਾਂ ਹੁਣੇ ਫੂਡ ਸੇਫਟੀ ਟੀਮ ਨੂੰ ਕਹਿ ਦਿੱਤਾ ਗਿਆ ਜੀ, ਉਹ ਉੱਥੇ ਚੈਕਿੰਗ ਕਰਨਗੇ ਅਤੇ ਇਮੀਡੀਏਟਲੀ ਇਹਨੂੰ ਬੰਦ ਕਰਾਉਣਗੇ ਇਸੇ, ਅਤੇ ਗਾਂ ਤੋਂ ਵੀ ਜਿਹੜੇ ਉਹ ਮੱਛੀ ਵੇਚਦੇ ਹੈਗੇ ਉਹਦਾ ਬਿਜ਼ਨਸ ਕਰਦੇ ਹੈਗੇ ਉਹਨਾਂ ਨੂੰ ਜਿਹੜਾ ਪੈਨਲਟੀ ਵੀ ਇਹਦੀ ਲਗਾਉਣਗੇ, ਇਹਦਾ ਦੰਡ ਵੀ ਲਾਇਆ ਜਾਏਗਾ ਅਤੇ ਗਾਂ ਤੋਂ ਜਿਹੜਾ ਹੈ ਮੱਛੀ ਵੇਚਣ ਤੋਂ ਰੋਕਿਆ ਵੀ ਜਾਏਗਾ। ਸੋ ਇਹ ਜਿਹੜਾ ਇੱਦਾਂ ਦੀ ਮੱਛੀ ਮਾਰਕੀਟ ਹੈ ਜਾਂ ਕੋਈ ਹੋਰ ਇਹੋ ਜਿਹਾ ਨੋਨ ਵੈਜੀਟੇਰੀਅਨ ਮੀਟ ਪ੍ਰੋਡਕਟਸ ਹੈਗੇ ਇਹ ਖੁੱਲ੍ਹੇ 'ਚ ਨਹੀਂ ਵਿਕਣੇ ਚਾਹੀਦੇ ਹੈਗੇ, ਉਹਦੇ 'ਤੇ ਡਸਟ ਵੀ ਪੈਂਦੀ ਹੈ, ਉਸ 'ਚੋਂ ਮੱਖੀ ਵੀ ਬੈਠਦਾ, ਮੱਛੀ ਵੀ ਬੈਠਦਾ ਹੈ। ਸੋ ਇਹਦੇ ਬਾਰੇ ਜਿਹੜਾ ਹੈ ਕਮਿਸ਼ਨਰ ਕਾਰਪੋਰੇਸ਼ਨ ਨਾਲ ਮੈਨੂੰ ਟੇਕਅਪ ਕਰਾਂਗਾ, ਜੇਕਰ ਕੋਈ ਇਹੋ ਜਿਹੇ ਕੋਈ ਵਿਕਰੇਤਾ ਹੈਗੇ ਆ ਅਤੇ ਉਹਨਾਂ ਵਾਸਤੇ ਕੋਈ ਸੂਟੇਬਲ ਜਗ੍ਹਾ ਹੋ ਜਿਹੜੀ ਮੇਨ ਰੋਡ ਤੋਂ ਪਰੇ ਹੋਵੇ ਔਰ ਮਿੱਟੀ ਔਰ ਹੋਰ ਗੰਦਗੀ ਤੋਂ ਵੀ ਪਰੇ ਹੋਵੇ ਤਾਂ ਕਿ ਲੋਕ ਬਿਮਾਰੀ ਨਾ ਫੈਲੇ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।